ਵੱਡੀ ਖਬਰ ਸਾਬਕਾ ਡਿਪਟੀ ਸੀਐਮ ਨੂੰ ਲੈ ਕੇ ਆ ਰਹੀ ਹੈ ਸਾਬਕਾ ਡਿਪਟੀ ਸੀਐਮ ਦੀਆਂ ਮੁਸ਼ਕਲਾਂ ਦੇ ਵਿੱਚ ਵਾਅਦਾ ਹੁੰਦਾ ਹੋਇਆ ਵਿਖਾਈ ਦੇ ਰਿਹਾ ਹੈ ਕਿਉਂਕਿ ਸਾਬਕਾ ਡਿਪਟੀ ਸੀਐਮ ओपी ਸੋਨੀ ਦੇ ਇੱਕ ਹੋਟਲ ਦੇ ਵਿੱਚ ਰੇਡ ਮਾਰੀ ਗਈ ਹੈ ਤੇ ਇਹ ਰੇਡ ਵੀ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਮਾਰੀ ਗਈ ਹੈ ਹਾਲਾਂਕਿ ਬੀਤੇ ਦਿਨ ਉਹਨਾਂ ਦੀ ਆਲੀਸ਼ਾਨ ਨਵੀਂ ਕੋਠੀ ਜਿਹੜੀ ਬਣ ਰਹੀ ਆ ਉਸ ਦੇ ਵਿੱਚ ਰੇਡ ਕੀਤੀ ਗਈ ਤੇ ਅੱਜ ਵਿਜੀਲੈਂਸ ਦੀ ਰਡਾਰ ਦੇ ਉੱਤੇ ਓਪੀ ਸੋਨੀ ਦਾ ਹੋਟਲ ਆ ਚੁੱਕਿਆ ਹੈ ਤੇ ਅੱਜ ਉਹਨਾਂ ਦੇ ਹੋਟਲ ਦੇ ਵਿੱਚ ਇਹ ਰੇਡ ਮਾਰੀ ਜਾ ਰਹੀ ਹੈ ਤਾਂ ਉਸ ਹੋਟਲ ਦੀਆਂ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਜਿੱਥੇ ਕਈ ਵਿਜੀਲੈਂਸ ਦੇ ਅਧਿਕਾਰੀ ਇਸ ਹੋਟਲ ਦੇ ਅੰਦਰ ਗਏ ਹੋਏ ਨੇ ਸਾਰੀ ਪੁਛਪੜਤਾਲ ਕਰ ਰਹੇ ਨੇ ਕਿਉਂਕਿ ਓਪੀ ਸੋਨੀ ਤੇ ਇਲਜ਼ਾਮ ਨੇ ਕਿ ਉਹਨਾਂ ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਈ ਗਈ ਹੈ ਜਿਸ ਦੇ ਚੱਲਦੇ ਉਹਨਾਂ ਨੂੰ ਪਹਿਲਾਂ ਵਿਜੀਲੈਂਸ ਅੰਮ੍ਰਿਤਸਰ ਦੇ ਵੱਲੋਂ ਤਲਾਬ ਵੀ ਕੀਤਾ ਗਿਆ ਸੀ ਤੇ ਦਸੰਬਰ ਮਹੀਨੇ ਵੀ ਜਦੋਂ ਉਹਨਾਂ ਨੂੰ ਤਲਾਬ ਕੀਤਾ ਗਿਆ ਸੀ ਤਾਂ ਉਸ ਵੇਲੇ ਉਹਨਾਂ ਦੇ ਭਤੀਜੇ ਵਿਜੀਲੈਂਸ ਦੇ ਅੱਗੇ ਪਹੁੰਚੇ ਸਨ ਉਹਨਾਂ ਦੇ ਵੱਲੋਂ ਸਾਰਾ ਜੋ ਹੈ ਪੱਖ ਰੱਖਿਆ ਗਿਆ ਸੀ ਓਪੀ ਸੋਨੀ ਦਾ ਪਰ ਅੱਜ ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਇੱਕ ਵਾਰ ਫੇਰ ਵਾਅਦਾ ਹੁੰਦਾ ਹੋਇਆ ਵਿਖਾਈ ਦੇ ਰਿਹਾ ਹੈ ਕਿਉਂਕਿ ਓਪੀ ਸੋਨੀ ਦੇ ਹੋਟਲ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਰੇਡ ਮਾਰੀ ਗਈ ਹੈ ਹਾਲਾਂਕਿ ਇਸ ਰੇਡ ਦੇ ਦਰਮਿਆਨ ਕੀ ਕੁਝ हासिल ਹੋਇਆ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਲਗਾਤਾਰ ਜੋ ਵਿਜੀਲੈਂਸ ਦੀ ਰਡਾਰ ਦੇ ਉੱਤੇ ਨੇ ਕਾਂਗਰਸੀ ਆਗੂ ਬੀਤੇ ਦਿਨੀ ਕਿੱਕੀ ਢਿੱਲੋ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਡੇਢ ਘੰਟੇ ਦੇ ਤਕਰੀਬਨ ਉਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਸੀ ਤੇ ਅੱਜ ਜਿਹੜਾ ਬੀਤੇ ਦਿਨੀ ਕੋਠੀ ਦੇ ਵਿੱਚ ਰੇਡ ਹੋਈ ਓਪੀ ਸੋਨੀ ਦੀ ਤੇ ਅੱਜ ਹੋਟਲ ਦੇ ਵਿੱਚ ਇਹ ਰੇਡ ਕੀਤੀ ਜਾ ਰਹੀ ਹੈ ਤਾਂ ਇੱਕ ਤੋਂ ਬਾਅਦ ਇੱਕ ਮੁਸ਼ਕਿਲਾਂ ਦੇ ਵਿੱਚ ਵਾਦਾ ਹੋ ਰਿਹਾ ਤਾਂ ਇਲਜ਼ਾਮ ओपी सोनी ਤੇ ਇਹ ਨੇ ਕਿ ਉਹਨਾਂ ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਈ ਗਈ ਹੈ ਤੇ ਜਿਸ ਵੇਲੇ ਉਹ ਪੰਜਾਬ ਦੇ ਸਿਹਤ ਮੰਤਰੀ ਸਨ ਕਰੋਨਾ ਕਾਲ ਵੇਲੇ ਉਸ ਵੇਲੇ ਉਹਨਾਂ ਦੇ ਵੱਲੋਂ ਜੋ ਫਤਿਹ ਕਿਟਾਂ ਖਰੀਦੀਆਂ ਗਈਆਂ ਸਨ ਉਸ ਦੇ ਵਿੱਚ ਵੀ ਵੱਡੇ ਪੱਧਰ ਤੇ ਘੁਟਾਲਾ ਕੀਤਾ ਗਿਆ ਸੀ ਇਸ ਦਾ ਮੁੱਦਾ ਬਕਾਇਦਾ ਪੰਜਾਬ ਵਿਧਾਨ ਸਭਾ ਦੇ ਵਿੱਚ ਚੁੱਕਿਆ ਗਿਆ ਸੀ ਤਾਂ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਜਿਹੜਾ ਇਹ ਕਿਟਾਂ ਦਾ ਘੁਟਾਲਾ ਹੋਇਆ ਇਸ ਦੀ ਸੋਸਾਇਟੀ ਜਾਂਚ ਕੀਤੀ ਜਾਏਗੀ ਤਾਂ ਹੁਣ ਜਿਹੜਾ ਨਵੰਬਰ ਮਹੀਨੇ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਪਹਿਲੀ ਵਾਰ ਓਪੀ ਸੋਨੀ ਨੂੰ ਬੁਲਾਇਆ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਓਪੀ ਸੋਨੀ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਅੱਜ ਉਹਨਾਂ ਦੇ ਹੋਟਲ ਦੇ ਵਿੱਚ ਇਹ ਰੇਡ ਮਾਰੀ ਗਈ ਹੈ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ